ਆਮ ਆਦਮੀ ਪਾਰਟੀ ਅੰਮ੍ਰਿਤਸਰ ਸ਼ਹਿਰ ਦੇ ਵਾਲੰਟੀਅਰਾਂ ਅਤੇ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ 4S ਚੌਂਕ ਵਿਖੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਿਤ ਸ਼ਾਹ ਅਤੇ ਉਸ ਦੇ ਬੇਟੇ ਜੈ ਸ਼ਾਹ ਵੱਲੋਂ ਜੋ 2016 ਵਿੱਚ ਆਪਣੀ ਕੰਪਨੀ ਦਾ 16,000 ਗੁਣਾ ਵੱਧ ਕਾਰੋਬਾਰ ਦਿਖਾਇਆ ਗਿਆ ਹੈ ਉਸ ਦੇ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇੱਕ ਇਮਾਨਦਾਰ ਪੱਤਰਕਾਰ ਸ਼ਿਨਾਲੀ ਸੈਨਾ ਵੱਲੋਂ ਉਸ ਸੰਬੰਧੀ ਖੁਲਾਸਾ ਵੀ ਕੀਤਾ ਗਿਆ, ਪਰ ਉਸ ਮਾਮਲੇ ਨੂੰ ਦਬਾਉਣ ਵਾਸਤੇ 100 ਕਰੋੜ ਦਾ ਮਾਨਹਾਨੀ ਦਾ ਕੇਸ ਪੱਤਰਕਾਰਾਂ ਤੇ ਕਰਨ ਬਾਰੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਸ ਪੱਤਰਕਾਰ ਦੇ ਨਾਲ ਖੜੀ ਹੈ ਅਤੇ ਉਹ ਜੈ ਸ਼ਾਹ ਦੀ ਕੰਪਨੀ ਦੇ ਹਿਸਾਬ ਦੀ ਵੀ ਮੰਗ ਕਰਦੀ ਹੈ। ਉਹਨਾਂ ਨੇ ਕਿਹਾ ਕਿ ਕੰਪਨੀ ਵੱਲੋਂ ਪੱਤਰਕਾਰ ਨੂੰ ਧਮਕੀਆਂ ਦੇਣੀਆਂ ਬੰਦ ਕੀਤੀਆਂ ਜਾਣ, ਨਹੀਂ ਤਾਂ ਉਹਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ। ਅੱਜ ਅੰਮ੍ਰਿਤਸਰ ਵਿੱਚ BJP ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਅਤੇ ਉਹਦੇ ਬੇਟੇ ਵੱਲੋਂ ਜੋ 2016 ਵਿੱਚ 16,000 ਗੁਣਾ ਵੱਧ ਕਾਰੋਬਾਰ ਵਿਖਾਇਆ ਗਿਆ ਆਪਣੀ ਕੰਪਨੀ ਦਾ, ਉਹਦੀ ਇੱਕ ਇਮਾਨਦਾਰ ਪੱਤਰਕਾਰ ਸੁਨਾਲੀ ਸਿੰਘ ਵੱਲੋਂ ਜੋ ਖੁਲਾਸਾ ਕੀਤਾ ਗਿਆ, ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨੂੰ 100 ਕਰੋੜ ਦੇ ਮਾਨਹਾਨੀ ਦੇ ਕੇਸ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਆਮ ਆਦਮੀ ਪਾਰਟੀ ਉਸ ਪੱਤਰਕਾਰ ਦੇ ਨਾਲ ਖਲੋਤੀ ਹੈ ਔਰ ਇਸ ਜਿਹੜੀ 16,000 ਗੁਣਾ ਵੱਧ ਕੰਪਨੀ ਦੀ ਆਏ ਹੋਈ ਹੈ ਉਹਦੀ ਜਾਂਚ ਦੀ ਮੰਗ ਕਰਦੀ ਹੈ।